ਪ੍ਰੀਤ ਸਾਥੀਆਂ ਦਾ ਮੇਰੇ YouTube ਚੈਨਲ Jobble ਤੇ ਸਵਾਗਤ ਹੈ ਜਿਨ੍ਹਾਂ ਸਿਖਿਆਰਥੀਆਂ ਨੇ 8ਵੀਂ ਜਮਾਤ ਦੇ ਪੇਪਰ ਦਿੱਤੇ ਸੀ ਉਹਨਾਂ ਦਾ ਨਤੀਜਾ ਆ ਚੁੱਕਾ ਹੈ ਕਿਵੇਂ ਚੈੱਕ ਕਰਨਾ ਹੈ ਤੁਸੀਂ ਨਤੀਜਾ ਇਸ ਵਾਰੀ ਮੈਂ ਤੁਹਾਨੂੰ ਡਿਟੇਲ ਵਿੱਚ ਦੱਸਾਂਗਾ ਉਸ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਵੀਡੀਓ ਨੂੰ ਵੀ ਸ਼ੇਅਰ ਕਰ ਦਿਓ ਤਾਂ ਕਿ ਜੋ 8ਵੀਂ ਜਮਾਤ ਦੇ ਸਿਖਿਆਰਥੀ ਨੇ ਉਹ ਆਪਣਾ ਨਤੀਜਾ ਆਪਣੇ ਫੋਨ ਤੇ ਆਪ ਚੈੱਕ ਕਰ ਸਕਣ ਤਾਂ ਲੈ ਚੱਲਦਾ ਹਾਂ ਮੈਂ ਤੁਹਾਨੂੰ ਵੈਬਸਾਈਟ 'ਤੇ ਕਿਵੇਂ ਚੈੱਕ ਕਰਨਾ ਹੈ ਤਾਂ ਵੈਬਸਾਈਟ ਹੈ ਜੀ pscvi.ac.in ਤੁਸੀਂ ਟਾਈਪ ਕਰਨਾ Google browser ਜਾਂ ਫਿਰ ਤੁਹਾਡੇ ਕੋਲ Chrome ਹੈ ਜਾਂ ਫਿਰ Mozilla ਤਾਂ ਉਸ ਵਿੱਚ ਤੁਸੀਂ pscvi.ac.in ਕਲਿੱਕ ਕਰ ਲੈਣਾ ਹੈ ਉਸ ਤੋਂ ਬਾਅਦ ਮੇਨ ਵੈਬਸਾਈਟ ਤੇ ਰਿਜ਼ਲਟ ਖੁੱਲੇਗਾ ਫਿਰ ਰਿਜ਼ਲਟ ਤੇ ਵੀ ਸਿੱਧੇ ਜਾ ਸਕਦੇ ਹੋ ਜਾਂ ਫਿਰ ਮੇਨ ਵੈਬਸਾਈਟ ਤੇ ਵੀ ਜਾ ਕੇ ਚੈੱਕ ਕਰ ਸਕਦੇ ਹੋ ਮੇਨ ਵੈਬਸਾਈਟ ਦੇ ਵਿੱਚ ਤੁਸੀਂ ਲੈਫਟ ਕੋਰਨਰ ਤੇ ਮੇਨ ਨੈਵੀਗੇਸ਼ਨ ਦੇ ਵਿੱਚ ਜਾ ਕੇ ਰਿਜ਼ਲਟ ਤੇ ਕਲਿੱਕ ਕਰ ਦੇਣਾ ਹੈ ਰਿਜ਼ਲਟ ਦੇ ਵਿੱਚ ਤੁਹਾਨੂੰ ਇੱਥੇ ਅਪਡੇਟ ਮਿਲੇਗੀ 28 4 2022 ਦੀ ਜਿਸ ਵਿੱਚ ਮਿਡਲ ਐਗਜ਼ਾਮੀਨੇਸ਼ਨ ਰਿਜ਼ਲਟ ਮਾਰਚ 2023 ਵਿਲ ਡਿਕਲੇਅਰ ਔਨ 29 ਅਪ੍ਰੈਲ 2023 ਤਾਂ ਇਹ ਰਿਜ਼ਲਟ ਦੀ ਅਪਡੇਟ ਤੁਹਾਨੂੰ ਮਿਲ ਜਾਏਗੀ ਤੇ ਤੁਸੀਂ ਅੱਜ ਦੀ ਡੇਟ 'ਤੇ ਇਹ ਅਪਡੇਟ ਹੈ ਕੱਲ ਤੁਹਾਨੂੰ ਇਹ ਨਤੀਜਾ ਤੁਸੀਂ ਲਾਈਵ ਦੇਖ ਸਕੋਗੇ ਇਸ ਲਿੰਕ 'ਤੇ ਕਲਿੱਕ ਕਰਕੇ ਤੁਸੀਂ ਆਪਣਾ ਰਜਿਸਟ੍ਰੇਸ਼ਨ ਨੰਬਰ ਭਰੋਗੇ ਤੇ ਤੁਹਾਨੂੰ ਆਪਣਾ ਨਤੀਜਾ ਪ੍ਰਾਪਤ ਹੋ ਜਾਵੇਗਾ ਇਸ ਤੋਂ ਇਲਾਵਾ ਤੁਸੀਂ ਵੈਬਸਾਈਟ indiaresults.com ਤੇ ਵੀ ਚੈੱਕ ਕਰ ਸਕਦੇ ਹੋ ਤੇ ਤੁਸੀਂ ਰੋਲ ਨੰਬਰ ਆਪਣਾ ਰਜਿਸਟ੍ਰੇਸ਼ਨ ਨੰਬਰ ਭਰਨਾ ਹੈ ਤੇ ਤੁਸੀਂ ਆਪਣਾ ਨਤੀਜਾ ਚੈੱਕ ਕਰ ਸਕਦੇ ਹੋ ਉਮੀਦ ਕਰਦਾ ਹਾਂ ਕਿ ਜਿਹੜੇ ਵੀ ਸਿਖਿਆਰਥੀਆਂ ਨੇ 8ਵੀਂ ਦੀ ਪ੍ਰੀਖਿਆ ਦਿੱਤੀ ਹੈ ਉਹਨਾਂ ਉਹ ਚੰਗੇ ਨੰਬਰਾਂ ਨਾਲ ਪਾਸ ਹੋਣਗੇ ਅਤੇ ਉਹਨਾਂ ਨੂੰ ਐਡਵਾਂਸ ਵਿੱਚ ਮੇਰੇ ਵੱਲੋਂ ਵਧਾਈਆਂ ਸਾਰੇ ਹੀ ਦੋਸਤ ਜਿਹੜੇ ਮੇਰੀ ਇਸ ਵੀਡੀਓ ਨੂੰ ਦੇਖ ਰਹੇ ਨੇ ਉਹ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਇਸ ਤੋਂ ਇਲਾਵਾ ਵੱਖਰੀ ਵੱਖਰੀ ਨਤੀਜਿਆਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਸਕੇ ਜੋ ਵੀ ਅਪਡੇਟ ਹੁੰਦੀ ਹੈ ਅਸੀਂ ਤੁਹਾਨੂੰ ਉਸ ਬਾਰੇ ਜਾਣਕਾਰੀ ਦਿੰਦੇ ਰਹਿਾਂਗੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਨੂੰ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦ ਹੀ ਮਿਲਾਂਗੇ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਧੰਨਵਾਦ